ਫਗਵਾੜਾ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਜਲੰਧਰ GT ਰੋਡ ਲਵਲੀ ਨੇੜੇ ਦੋ ਭਰਾਵਾਂ ਵਿਚਾਲੇ ਜ਼ਮੀਨੀ ਵਿਵਾਦ ਦੇ ਚੱਲਦੇ ਇੱਕ ਪਰਿਵਾਰ ਦੇ ਦੋ ਜੀਆਂ ਵੱਲੋਂ ਮਿੱਟੀ ਦਾ ਤੇਲ ਖੁਦ ਤੇ ਛਿੜਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਪਹਿਲੀ ਪਾਰਟੀ ਰਵਿੰਦਰ ਕੌਰ ਨੇ ਦੂਜੀ ਪਾਰਟੀ ਸਰਵਨ ਸਿੰਘ ਤੇ ਇਲਜ਼ਾਮ ਲਗਾਏ ਨੇ ਕਿ ਪਰਿਵਾਰ ਦੀ ਸਾਂਝੀ ਜ਼ਮੀਨ ਜੋ ਉਹਨਾਂ ਦੇ ਦਾਦੇ ਦੇ ਨਾਮ ਤੇ ਚੱਲ ਰਹੀ ਹੈ ਤੇ ਮਾਮਲਾ ਹਾਲੇ ਵੀ ਅਦਾਲਤ ਵਿੱਚ ਹੈ, ਪਰ ਫਿਰ ਵੀ ਸਰਵਨ ਸਿੰਘ ਨੇ ਜ਼ਮੀਨ ਸ਼ਹਿਰ ਦੇ ਕਿਸੇ ਰਸੂਖਦਾਰ ਵਿਅਕਤੀ ਨੂੰ ਵੇਚ ਦਿੱਤੀ ਤੇ ਰਵਿੰਦਰ ਕੌਰ ਤੇ ਉਸਦੇ ਪਰਿਵਾਰ ਨੂੰ ਬਾਹਰ ਕੱਢ ਰਹੇ ਨੇ, ਜਿਸ ਤੋਂ ਦੁਖੀ ਹੋ ਕੇ ਪਰਿਵਾਰ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਕਿਉਂਕਿ ਸਾਨੂੰ ਇਹ ਸਰਵਨ ਸਿੰਘ ਤੇ ਸੁੱਚਾ ਸਿੰਘ ਤੋਂ ਅਸੀਂ ਬੜੇ ਦੁਖੀ ਹਾਂ। ਸਾਰੇ ਮੇਰਾ ਘਰ ਮੈਨੂੰ ਦੋ ਵਾਰੀ ਇਹਨਾਂ ਨੇ ਕੱਢ ਦਿੱਤਾ ਤੇ ਮੈਨੂੰ ਘਰ ਚ ਵਿੱਚ ਇਹ ਘਰ ਮੇਰਾ ਆ ਤੇ ਮੈਂ ਇੱਥੇ ਜਦੋਂ ਵੀ ਆਉਂਦੀ ਉਦੋਂ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਇਸ ਕਰਕੇ ਮੈਨੂੰ ਕੱਲ੍ਹ ਨੂੰ ਕੋਈ ਵੀ ਗੱਲਬਾਤ ਹੁੰਦੀ ਹੈ ਤੇ ਇਹਦੇ ਜ਼ਿੰਮੇਵਾਰ ਸੁੱਚਾ ਸਿੰਘ ਤੇ ਸਰਵਨ ਸਿੰਘ ਹੈ। ਇਹ ਮਾਮਲਾ ਇਸ ਤਰ੍ਹਾਂ ਜੀ, ਸਾਡੀ ਜ਼ਮੀਨ ਆ ਜੱਦੀ ਜੀ ਲਵਲੀ ਦੇ ਦੋਨੇ ਗੇਟਾਂ ਵਿਚਾਲੇ, ਜੋ ਕਿ ਜ਼ਮੀਨ ਦਾ ਕੋਰਟ ਦੇ ਵਿੱਚ ਕੇਸ ਚੱਲਦਾ ਤੇ ਕੇਸ ਦੇ ਚੱਲਦੇ ਦੇ ਵਿੱਚ ਸਟੇਅ ਵੀ ਆ ਸਾਡੇ ਕੋਲ ਤੇ ਕਾਨੂੰਨ ਇਹ ਗੱਲ ਕਹਿੰਦਾ ਜਿੰਨੀ ਦੇਰ ਤੱਕ ਕਿਸੇ ਚੀਜ਼ ਦਾ ਕੋਈ ਡਿਸੀਜਨ ਨਹੀਂ ਪਹੁੰਚਦਾ ਤੇ ਜੱਦੀ ਜ਼ਮੀਨ ਦਾ ਸਾਡਾ ਕੋਈ ਫੈਸਲਾ ਕੋਰਟ ਦੇ ਅੰਡਰ ਆ। ਇਹ ਜਿਹੜਾ ਕੇਸ ਹੈ ਛੋਟੇ ਵੀਰ, ਕਿਹਦੇ ਨਾਂ ਤੇ ਕਿਹਦੇ ਨਾਲ ਕੇਸ ਚੱਲ? ਇਹ ਸਾਡਾ ਕੇਸ ਜੀ ਸਰਬਣ ਦੇ ਨਾਲ ਵੀ ਚੱਲਦਾ ਆ ਤੇ ਸਰਦਾਰ ਸੁੱਚਾ ਸਿੰਘ ਮੇਰੇ ਡੈਡੀ ਦੇ ਨਾਲ ਵੀ ਚੱਲਦਾ ਆ। ਤੇ ਜਿਹੜੀ ਅਸਲ ਵਿੱਚ ਜ਼ਮੀਨ ਹੈ ਇਹਦਾ ਮਾਲਿਕਾਨਾ ਹੱਕ ਜਿਹੜਾ ਉਹ ਕੌਣ ਮਾਲਿਕ ਸੀ? ਮਾਲਿਕਾਨਾ ਹੱਕ ਇਹਦਾ ਜੀ ਸਰਦਾਰ ਹਰਨਾਮ ਸਿੰਘ ਮੇਰੇ ਦਾਦਾ ਜੀ, ਸਰਦਾਰ ਸੁੱਚਾ ਸਿੰਘ ਮੇਰੇ ਫਾਦਰ ਸਾਹਿਬ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਜੱਦੀ ਜ਼ਮੀਨ ਆ। ਤੇ ਅੱਜ ਤਾਜ਼ਾ ਮਾਮਲਾ ਕੀ ਹੋਇਆ ਤੇ ਕਿਉਂ ਇੱਥੇ ਪੁਲਿਸ ਆਈ ਸੀ, ਕੀ ਮਾਮਲਾ ਸੀ ਅੱਜ? ਦੇਖੋ ਜੀ, ਮਾਮਲਾ ਇਸ ਤਰ੍ਹਾਂ ਸੀਗਾ ਜੀ, ਇਹ ਜਿੱਥੋਂ ਤੱਕ ਸਾਨੂੰ ਪਤਾ ਇੱਥੇ ਇਹਨਾਂ ਦੇ ਸਿਕਿਉਰਿਟੀ ਗਾਰਡ ਸੀਗੇ ਲਵਲੀ ਦੇ, ਦੁਕਾਨਾਂ ਦੀਆਂ ਸਾਡੀਆਂ ਦੀ ਸਾਡੀ ਪ੍ਰੋਪਰਟੀ ਦੀ ਢਾਟ ਹਾਈ ਕਰਨ ਡਏ ਸੀ ਜੋ ਲਾਅ ਐਂਡ ਆਰਡਰ ਦੇ ਬਿਲਕੁਲ ਅਗੇਂਸਟ ਆ। ਤੇ ਅਸੀਂ ਇਸ ਚੀਜ਼ ਦੇ ਲਈ 3 ਦਿਨ ਤੋਂ ਪ੍ਰਸ਼ਾਸਨ ਦੇ ਕੋਲ ਗਏ, ਸਾਡੀ ਕਿਸੇ ਨੇ ਬਾਂਹ ਨਹੀਂ ਫੜੀ ਤਾਂ ਅਖੀਰ ਅਸੀਂ ਆਪ ਹੀ ਆਏ ਤੇ ਅਸੀਂ ਤਾਂ ਮਰਨ ਲਈ ਆਏ ਸੀਗੇ, ਪਰ ਇਸ ਟਾਈਮ ਤੇ ਤੁਹਾਡੇ ਸਾਰੇ ਪ੍ਰੈਸ ਵਾਲਿਆਂ ਦੇ ਸਹਿਯੋਗ ਦੇ ਨਾਲ ਤੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਸਾਨੂੰ ਇਨਸਾਫ ਮਿਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਭਾਰੀ ਪੁਲਿਸ ਫੋਰਸ ਲੈ ਕੇ ਉਹ ਵਿਵਾਦਿਤ ਸਥਾਨ ਤੇ ਪਹੁੰਚੇ ਤੇ ਸਾਰੇ ਮਾਮਲੇ ਦੀ ਜਾਂਚ ਕੀਤੀ ਤੇ ਦੋਵਾਂ ਪਾਰਟੀਆਂ ਨੂੰ ਰਿਕਾਰਡ ਲੈ ਕੇ ਥਾਣੇ ਬੁਲਾਇਆ। ਇੰਨੀ ਵਿਵਾਦ, ਇਹਨਾਂ ਦਾ ਪਰਿਵਾਰਕ ਕੋਈ ਝਗੜਾ ਹੈਗਾ ਤੇ ਇੱਕ ਤਰੀਕੇ ਦੀ ਵੀ ਸਾਡਾ ਵੀ ਸ਼ੇਅਰ ਹੈ, ਦੂਜੇ ਬੰਦੇ ਨੇ ਸ਼ਾਇਦ ਉਹ ਵੇਚ ਦਿੱਤੀ ਹੈ ਜ਼ਮੀਨ, ਅਸੀਂ ਕੱਲ੍ਹ ਨੂੰ ਆਪਣਾ ਸਾਰਾ ਰਿਕਾਰਡ ਚੈੱਕ ਕਰਕੇ ਇਹਨਾਂ ਨੂੰ ਦੱਸ ਦਾਂਗੇ। 11:30 ਦਾ ਟਾਈਮ ਦਿੱਤਾ ਦੋਨਾਂ ਧਿਰਾਂ ਨੂੰ, ਉੱਥੇ ਹੋਣਗੀਆਂ ਜੋ ਵੀ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਊਗੀ ਉਦਾਂ ਹੁੰਦੀ ਰਹੇਗੀ। ਐਸਐਮ ਸਾਹਿਬ, ਇੱਕ ਮਾਮਲਾ ਸਵੇਰੇ ਸਾਹਮਣੇ ਆਇਆ ਸੀ ਕਿ ਇਸ ਪਰਿਵਾਰ ਦੇ ਜਿਹੜੇ ਸਦੱਸਿਆ ਉਹਨਾਂ ਨੇ ਤੇਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਉਹਨਾਂ ਦਾ ਆਰੋਪ ਸੀ ਕਿ ਸਾਡੇ ਨਾਲ ਧੱਕੇ ਸਾਡੀ ਕੋਈ ਸੁਣਵਾਈ ਨਹੀਂ। ਦੇਖੋ, ਧੱਕੇ ਵਾਲੀ ਕੋਈ ਗੱਲ ਨਹੀਂ ਹੈਗੀ, ਸਿਸਟਮ ਪੂਰੇ ਦਾ ਪੂਰਾ ਇੰਟੈਕਟ ਹੈ ਪੰਜਾਬ ਦੇ ਵਿੱਚ। ਸਾਡਾ ਜੋ ਜੋਬ ਹੈ ਅਸੀਂ ਇਹਨਾਂ ਨੂੰ ਸਾਰਾ ਰਿਕਾਰਡ ਦੇ ਕੇ ਦੱਸ ਦਾਂਗੇ ਵੀ ਇਹ ਜ਼ਮੀਨ ਕਿਹਦੇ ਨਾਮ 'ਤੇ ਹੈ, ਕਿਹਦੇ ਹੈਗੀ ਹੈ, ਕੋਰਟ ਦਾ ਵੀ ਕੋਈ ਵਿੱਚ ਸਟੇਅ ਵਗੈਰਾ ਦੀ ਗੱਲ ਹੈਗੀ ਹੈ, ਜੋ ਵੀ ਹੋਏਗਾ ਉਹਨੂੰ ਸਾਰਾ ਕੁਝ ਰਿਕਾਰਡ ਦੇ ਕੇ ਦੱਸ ਦਾਂਗੇ। ਹੁਣ ਵੇਖਣਾ ਹੋਵੇਗਾ ਕਿ ਸਾਰੇ ਮਾਮਲੇ ਦਾ ਕੀ ਹੱਲ ਨਿਕਲਦਾ, ਪਰ ਫਿਲਹਾਲ ਲਈ ਤਾਂ ਪੁਲਿਸ ਵੱਲੋਂ ਮਾਮਲਾ ਸਾਂਭ ਲਿਆ ਗਿਆ। ਫਗਵਾੜਾ ਤੋਂ BD ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ January 2020 ਦੇ ਦਾਖਲੇ ਖੁੱਲ ਚੁੱਕੇ ਹਨ, ਯੂ ਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।